इस वक्त चोण मैदान भखिया होया। संयुक्त समाज मोर्चा ने अपना एक राजनीतिक पिड़ तैयार करके चोण मैदान में कूदन का ऐलान कर दिता है। तुसी संयुक्त समाज मोर्चा नू ही क्यों चुनिया? की तुसी किसानी नू समर्पित हो जां तुसी मोर्चे विच जांदे वी रहे? की कारण है कि तुसी उन्हां दी टिकट चोण लड़ रहे हो? अपने इस हल्के अबलोह दे विच बहुती वारी कब्जा जिहड़ा इह सीट ते कांग्रेस दा ही रहा है। कांग्रेस वाले कहिंदे आ कि असीं तां जी इलाके दा विकास बहुत कीता है, हुण तां इस हल्के दा जिहड़ा विधायक आ उह मंत्री वी है। ਕੀ ਸੱਚਮੁੱਚ ਵਿਕਾਸ ਹੋਇਆ ਜਾਂ ਵਿਕਾਸ ਦੇ ਨਾਂ ਤੇ ਲੋਕਾਂ ਦੇ ਨਾਲ ਧੋਖਾ ਹੋਇਆ? ਜਿਹੜੀਆਂ ਪਾਰਟੀਆਂ ਦੇ ਨੁਮਾਇੰਦੇ ਫਿਰਦੇ ਨੇ ਕੋਈ ਇਹ ਸਮਾਜ ਸੇਵਾ ਨਹੀਂ ਕਰਦਾ। ਹੁਣ ਤੁਸੀਂ ਰਾਜਨੀਤੀ ਵਿੱਚ ਕੁੱਦ ਗਏ ਹੋ, ਰਾਜਨੀਤੀ ਦੇ ਵਿੱਚ ਕੁਝ ਨਿੱਜੀ ਤੌਰ ਤੇ ਤਜਰਬਾ ਜੀ ਹੈ, ਤਜਰਬਾ ਹੈ ਜਾਂ ਸਿਰਫ ਸਮਾਜ ਸੇਵੀ ਹੋਈ ਹੋ ਜੀ? ਤੁਸੀਂ ਕਿਸੇ ਕਦੇ ਲੈਂਡਮਾਰਕਸ ਬੈਂਕ ਦੇ ਤੁਸੀਂ ਚੇਅਰਮੈਨ ਰਹੇ ਜਾਂ ਹੋਰ ਚੇਅਰਮੈਨੀਆਂ ਤੁਹਾਡੇ ਕੋਲ ਵੱਖ ਵੱਖ ਅਹੁਦੇ ਰਹੇ, ਉਹ ਉਸ ਵਕਤ ਤਾਂ ਕਿਸੇ ਪਾਰਟੀ ਨਾਲ ਸੰਬੰਧਿਤ ਹੋਣਗੇ ਜੀ, ਕਾਂਗਰਸ ਨਾਲ, ਅਕਾਲੀਆਂ ਨਾਲ ਜਾਂ ਕਿਸੇ ਹੋਰ ਪਾਰਟੀ ਨਾਲ? ਹੁਣ ਕਿਸੇ ਹੋਰ ਪਾਰਟੀ ਨਾਲ ਤੁਹਾਡਾ ਕਹਿ ਜੀ ਤੁਹਾਡਾ ਕਿਸੇ ਪਾਰਟੀ ਨਾਲ ਤੁਹਾਨੂੰ? ਜੋ ਹਲਕੇ ਦੇ ਜਿਹੜੇ ਵੋਟਰ ਨੇ ਉਹ ਸੰਯੁਕਤ ਸਮਾਜ ਮੋਰਚਾ ਦੇ ਕੈਂਡੀਡੇਟ ਭਾਪ ਤੁਹਾਨੂੰ ਚੋਣਾਂ ਦੇ ਵਿੱਚ ਜਿਤਾ ਦਿੰਦੇ ਨੇ, ਤੁਹਾਡਾ ਮਕਸਦ ਕੀ ਹੈ? ਲੋਕ ਉਹ ਹੁਣ 20 ਤਰੀਕ ਨੂੰ ਸਾਰੀਆਂ ਪਾਰਟੀਆਂ ਨੂੰ ਇਹਨਾਂ ਨੂੰ ਸਭ ਕੁਝ ਸਮਾਉਣਗੇ। ਹੁਣ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਲਗਾਤਾਰ ਸਿਆਸਤਦਾਨਾਂ ਦੇ ਵਿਰੋਧ ਦੀਆਂ ਖਬਰਾਂ ਨੇ। ਚੋਣ ਪ੍ਰਚਾਰ ਤਾਂ ਹੁਣ ਤੁਸੀਂ ਵੀ ਕਰ ਰਹੇ ਹੋਵੋਗੇ, 70-75 ਪਿੰਡ ਆਪਣੇ ਇਸ ਹਲਕੇ 'ਚ ਵੀ ਪੈਂਦੇ ਹੈ ਜੀ, ਤੁਹਾਡਾ ਸਵਾਗਤ ਹੋ ਰਿਹਾ, ਵਿਰੋਧ ਹੋ ਰਿਹਾ, ਸਵਾਲ ਪੁੱਛੇ ਜਾ ਰਹੇ ਨੇ, ਕਿਸ ਤਰ੍ਹਾਂ ਦੀ ਸਥਿਤੀ ਹੈ ਜੀ ਇਸ ਵਕਤ? ਸਾਡਾ ਵਿਰੋਧ ਤਾਂ ਸਾਡੇ ਨਾਲ ਤਾਂ ਲੋਕ ਜੁੜੇ ਨੇ, ਤਾਂ ਹੀ ਅਸੀਂ ਉੱਤੇ ਦਿੱਲੀ ਫਤਿਹ ਕਰਕੇ ਆਏ ਹਾਂ। ਜਿਹੜੀਆਂ ਗੱਲਾਂ ਦਾ ਦਰਸ਼ਨ ਸਿੰਘ ਜੀ ਤੁਸੀਂ ਜ਼ਿਕਰ ਕਰ ਰਹੇ ਹੋ, ਇਹਦਾ ਮਤਲਬ ਤਾਂ ਵਿਕਾਸ ਦੀ ਕੋਈ ਕਸਰ ਫਿਰ ਪਹਿਲਾਂ ਨੇ ਛੱਡੀ ਨਹੀਂ? ਤੁਸੀਂ ਕਹਿੰਦੇ ਛੋਟੇ ਜ਼ਿਲ੍ਹੇ 'ਚ ਸਾਰਾ ਕੁਛ ਹੈਗਾ, ਯੂਨੀਵਰਸਿਟੀਆਂ 3 ਨੇ ਜੀ। ਦਰਸ਼ਨ ਸਿੰਘ ਜੀ, ਜੇ ਲੋਕ ਜਾਣੀ ਜਾਣਨੇ ਤਾਂ ਵਾਰ ਵਾਰ ਉੱਤਰ ਕਾਟੋ ਮੈਂ ਚੜ੍ਹਾ, ਇੱਕ ਨੂੰ ਹਰਾ ਕੇ ਦੂਸਰੇ ਨੂੰ ਜਿਤਾ ਦਿੰਦੇ ਨੇ, ਫਿਰ ਉਹਨੂੰ ਹਰਾ ਕੇ ਜਿਹਨੂੰ ਪਹਿਲਾਂ ਹਰਾਇਆ ਹੁੰਦਾ ਉਹਨੂੰ ਜਿਤਾ ਦਿੰਦੇ ਨੇ, ਜੇ ਲੋਕ ਜਾਣੀ ਜਾਣਨੇ ਦੁਬਾਰਾ ਉਹਨਾਂ ਨੂੰ ਚੁਣਦੇ ਕਿਉਂ ਨੇ? ਹੁਣ ਲੋਕ ਇਹਨਾਂ ਤੋਂ ਸੰਚੇਤ ਹੋ ਕੇ ਮੇਰੇ ਨਾਲ ਜੁੜਨਾ। TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੋਣ ਦੰਗਲ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਮੁਤਲਕ ਜਾਂ ਤਾਂ ਕੋਈ ਜਾਣਕਾਰੀ ਤੁਹਾਡੇ ਰੂਬਰੂ ਕਰੀਏ ਜਾਂ ਫਿਰ ਕਿਸੇ ਪਾਰਟੀ ਦੇ ਕਿਸੇ ਹਲਕੇ ਤੋਂ ਉਮੀਦਵਾਰ ਨੂੰ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ। ਤੁਹਾਨੂੰ ਵੀ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਖੁਦ ਉਮੀਦਵਾਰ ਹੋ, ਉਹਦੇ ਸਮਰਥਕ ਹੋ ਜਾਂ ਫਿਰ ਤੁਸੀਂ ਕਿਸੇ ਉਮੀਦਵਾਰ ਦੀ ਮੁਲਾਕਾਤ ਇਸ ਪ੍ਰੋਗਰਾਮ ਵਿੱਚ ਕਰਨੀ ਜਾਂ ਕਰਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਬੀਤੇ ਦਿਨੀ ਅਸੀਂ ਹਲਕਾ ਅਮਲੋਹ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੈਰੀ ਵੜਿੰਗ ਹੋਰਾਂ ਦੇ ਨਾਲ ਗੱਲਬਾਤ ਕੀਤੀ ਸੀ। ਅੱਜ ਉਸੇ ਹਲਕੇ ਭਾਵ ਅਮਲੋਹ ਹਲਕੇ ਤੋਂ ਸੰਯੁਕਤ ਸਮਾਜ ਮੋਰਚਾ ਦੀ ਟਿਕਟ ਤੋਂ ਚੋਣ ਲੜ ਰਹੇ ਨੇ ਦਰਸ਼ਨ ਸਿੰਘ ਬੱਬੀ, ਪਿੰਡ ਸ਼ੌਂਟੀ ਆ ਉਹਨਾਂ ਦਾ, ਬਿਲਕੁਲ ਅਮਲੋਹ ਦੇ ਨਾਲ ਹੈ, ਅਤੇ ਉਹਨਾਂ ਨੂੰ ਅੱਜ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ। ਉਹਨਾਂ ਤੋਂ ਇਸ ਹਲਕੇ ਦੇ ਮੁਤਲਕ ਕੁਝ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਦਰਸ਼ਨ ਸਿੰਘ ਬੱਬੀ ਜੀ, ਤੁਹਾਡਾ ਸਵਾਗਤ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਜੀ, ਸਤਿ ਸ਼੍ਰੀ ਅਕਾਲ। ਦਰਸ਼ਨ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਇਸ ਵਕਤ ਚੋਣ ਮੈਦਾਨ ਭਖਿਆ ਹੋਇਆ, ਸੰਯੁਕਤ ਸਮਾਜ ਮੋਰਚਾ ਨੇ ਆਪਣਾ ਇੱਕ ਰਾਜਨੀਤਿਕ ਪਿੜ ਤਿਆਰ ਕਰਕੇ ਚੋਣ ਮੈਦਾਨ ਵਿੱਚ ਕੁੱਦਣ ਦਾ ਐਲਾਨ ਕਰ ਦਿੱਤਾ। ਤੁਸੀਂ ਸੰਯੁਕਤ ਸਮਾਜ ਮੋਰਚਾ ਨੂੰ ਹੀ ਕਿਉਂ ਚੁਣਿਆ? ਕੀ ਤੁਸੀਂ ਕਿਸਾਨੀ ਨੂੰ ਸਮਰਪਿਤ ਹੋ ਜਾਂ ਤੁਸੀਂ ਮੋਰਚੇ ਵਿੱਚ ਜਾਂਦੇ ਵੀ ਰਹੇ? ਕੀ ਕਾਰਨ ਹੈ ਕਿ ਤੁਸੀਂ ਉਹਨਾਂ ਦੀ ਟਿਕਟ ਤੋਂ ਚੋਣ ਲੜ ਰਹੇ ਹੋ? ਅਸੀਂ ਸਾਰਿਆਂ ਨੂੰ ਪਹਿਲਾਂ ਜਿਹੜਾ ਸੰਘਰਸ਼ੀ ਸੰਘਰਸ਼ ਹੋਇਆ ਅਮਲੋਹ ਕਿਸਾਨ ਮਜ਼ਦੂਰ ਦੁਕਾਨਦਾਰ ਸੰਘਰਸ਼ ਕਮੇਟੀ ਬਣਾਈ ਸੀ, ਜੋ ਕਿ ਪ੍ਰੋਪਰ ਇੱਕ ਸਾਲ ਚੌਂਕ ਦੇ ਵਿੱਚ ਅਸੀਂ ਪ੍ਰੋਪਰ ਬੈਠੇ। ਉਹਦੇ ਨਾਲ ਅਸੀਂ ਸਿੰਘੂ ਬਾਰਡਰ ਤੇ, ਗਾਜੀਪੁਰ ਬਾਰਡਰ ਤੇ, ਟਿੱਕਰੀ ਬਾਰਡਰ ਤੇ ਉਰੋਂ ਸੇਵਾਵਾਂ ਨਿਭਾਉਂਦੇ ਰਹੇ। ਸਾਨੂੰ ਜਿਹੜਾ ਸਾਡਾ ਕਿੱਤਾ ਕਿਸਾਨੀ ਆ,
ਕਿਸਾਨਾਂ ਨਾਲ ਜੁੜੇ ਹੋਏ ਹਾਂ, ਅਸੀਂ ਸਮਾਜ ਸੇਵੀ ਹਾਂ, ਅਸੀਂ ਇਸੇ ਕਰਕੇ ਸਮਾਜ ਮੋਰਚੇ ਦੀ ਇਲਾਕੇ ਵਿੱਚ ਸੇਵਾ ਕਰਨ ਲੱਗੇ। ਦਰਸ਼ਨ ਸਿੰਘ ਜੀ, ਇਹ ਦੱਸਿਓ ਕਿ ਆਪਣੇ ਇਸ ਹਲਕੇ ਅਮਲੋਹ ਦੇ ਵਿੱਚ ਬਹੁਤੀ ਵਾਰੀ ਕਬਜ਼ਾ ਜਿਹੜਾ ਇਹ ਸੀਟ 'ਤੇ ਕਾਂਗਰਸ ਦਾ ਹੀ ਰਿਹਾ। ਕਾਂਗਰਸ ਵਾਲੇ ਕਹਿੰਦੇ ਆ ਕਿ ਅਸੀਂ ਤਾਂ ਜੀ ਇਲਾਕੇ ਦਾ ਵਿਕਾਸ ਬਹੁਤ ਕੀਤਾ, ਹੁਣ ਤਾਂ ਇਸ ਹਲਕੇ ਦਾ ਜਿਹੜਾ ਵਿਧਾਇਕ ਆ ਉਹ ਮੰਤਰੀ ਵੀ ਹੈ। ਕੀ ਸੱਚਮੁੱਚ ਵਿਕਾਸ ਹੋਇਆ ਜਾਂ ਵਿਕਾਸ ਦੇ ਨਾਂ 'ਤੇ ਲੋਕਾਂ ਦੇ ਨਾਲ ਧੋਖਾ ਹੋਇਆ ਜੀ? ਵਿਕਾਸ ਦੇ ਨਾਂ 'ਤੇ ਧੋਖਾ ਹੋਇਆ ਹੋਇਆ। ਜਿਹੜੇ ਲੋਕ ਪੜ੍ਹੇ ਲਿਖੇ ਨੇ, ਸੂਝਵਾਨ ਨੇ, ਸਭ ਕੁਛ ਇਹਨਾਂ ਨੂੰ ਜਾਣ, ਇਹਨਾਂ ਨੇ ਕੀ ਕੀਤਾ, ਜਿਹੜੀਆਂ ਹਰੇਕ ਇਹਨਾਂ ਦੀਆਂ ਫੋਕੀਆਂ ਜਿਹੜੀਆਂ ਪਾਰਟੀਆਂ ਦੇ ਨੁਮਾਇੰਦੇ ਫਿਰਦੇ ਨੇ, ਕੋਈ ਇਹ ਸਮਾਜ ਸੇਵਾ ਨਹੀਂ ਕਰ ਰਿਹਾ। ਇਹਦੇ ਨਾਲ ਮੈਨੂੰ ਇਹ ਦੱਸਿਓ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕੋਈ ਸਮਾਜ ਸੇਵਾ ਨਹੀਂ ਕਰਦੇ ਤਾਂ ਆਪਣੇ ਪਰਿਵਾਰ ਨੂੰ ਪਾਲਦੇ ਹੈ, ਹੁਣ ਤੁਸੀਂ ਰਾਜਨੀਤੀ ਵਿੱਚ ਘੁੱਦ ਗਏ ਹੋ, ਰਾਜਨੀਤੀ ਦੇ ਵਿੱਚ ਕੁਝ ਨਿੱਜੀ ਤੌਰ ਤੇ ਤਜਰਬਾ ਜੀ ਹੈ, ਤਜਰਬਾ ਹੈ ਜਾਂ ਸਿਰਫ ਸਮਾਜ ਸੇਵੀ ਹੋਈ ਹੋ ਜੀ ਤੁਸੀਂ? ਤਜਰਬਾ ਜੀ, ਮੈਂ PAD ਵੀ ਲੈਂਡ ਮਾਰਗੇਜ ਬੈਂਕ ਦਾ ਚੇਅਰਮੈਨ ਰਿਹਾ, ਸੋਸਾਇਟੀਆਂ ਦਾ ਰਿਹਾ, ਮੈਂ ਮਾਰਕੀਟਿੰਗ ਕੋਆਪਰੇਟਿਵ ਸੋਸਾਇਟੀਆਂ ਦਾ ਚੇਅਰਮੈਨ ਸੀ, ਮੇਰੇ ਕੋਲ ਵੱਖ ਵੱਖ ਛੋਟੇ ਛੋਟੇ ਅਹੁਦੇ ਸੀ, ਜੋ ਕਿ ਮੈਂ ਜਦ ਮੋਰਚਾ ਸ਼ੁਰੂ ਹੋਇਆ ਸਾਰੇ ਅਸਤੀਫੇ ਦੇ ਕੇ ਮੈਂ ਸੰਘਰਸ਼ ਦੇ ਵਿੱਚ ਕੁੱਦਿਆ, ਸੇਵਾ ਕਰਨੀ, ਨਿਰੰਤਰ ਸੇਵਾ। ਅੱਛਾ, ਜਿਹੜੀਆਂ ਇਹ ਪਾਰਟੀਆਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਿਸੇ ਕਦੇ ਲੈਂਡ ਮਾਰਗੇਜ ਬੈਂਕ ਦੇ ਤੁਸੀਂ ਚੇਅਰਮੈਨ ਰਹੇ ਜਾਂ ਹੋਰ ਚੇਅਰਮੈਨੀਆਂ ਤੁਹਾਡੇ ਕੋਲ ਵੱਖ ਵੱਖ ਅਹੁਦੇ ਰਹੇ, ਉਹ ਉਸ ਵਕਤ ਤਾਂ ਕਿਸੇ ਪਾਰਟੀ ਨਾਲ ਸੰਬੰਧਿਤ ਹੋਣਗੇ ਜੀ, ਕਾਂਗਰਸ ਨਾਲ, ਅਕਾਲੀਆਂ ਨਾਲ ਜਾਂ ਕਿਸੇ ਹੋਰ ਪਾਰਟੀ ਨਾਲ? ਹੁਣ ਕਿਸੇ ਹੋਰ ਪਾਰਟੀ ਨਾਲ ਤਾਲੁਕ ਹੈ ਜੀ ਤੁਹਾਡਾ? ਮੇਰਾ ਕਿਸੇ ਪਾਰਟੀ ਨਾਲ ਤਾਲੁਕ ਨਹੀਂ। ਮੈਂ 1.5 ਸਾਲ ਜਿੰਨੇ ਜਦ ਸਾਡੇ ਪੰਜਾਬ ਦੇ ਟਰੈਕਾਂ ਦੇ ਸ਼ੁਰੂ ਹੋਇਆ ਸੀ, ਸਾਡੀਆਂ 40 ਜਥੇਬੰਦੀਆਂ ਦੇ ਫਤਿਹਗੜ੍ਹ ਸਾਹਿਬ ਪਹਿਲੀ ਫਸਟ ਮੀਟਿੰਗ ਹੋਈ ਸੀ, ਉਹਦੇ ਵਿੱਚ ਮੈਂ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਸੰਘਰਸ਼ ਦੇ ਵਿੱਚ ਕੁੱਦੀ। ਦਰਸ਼ਨ ਜੀ, ਇੱਕ ਹੋਰ ਦੱਸੋ ਮੈਨੂੰ, ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੇ ਇਸ ਵਕਤ ਇਤਰਾਜ਼ ਕਰ ਰਹੇ ਨੇ ਕਿ ਸੰਯੁਕਤ ਸਮਾਜ ਮੋਰਚਾ ਨੇ ਟਿਕਟਾਂ ਦੀ ਵੰਡ ਸਹੀ ਨਹੀਂ ਕੀਤੀ। ਤੁਸੀਂ ਕੋਈ ਜ਼ੋਰ ਪਾਇਆ ਸੀ, ਕੋਈ ਪ੍ਰੈਸ਼ਰਾਈਜ਼ ਕੀਤਾ ਸੀ, ਜਾਂ ਤੁਸੀਂ ਸਿਰਫ ਇੱਕ ਫਾਰਮ ਭਰ ਕੇ ਦਿੱਤਾ ਸੀ? ਤੁਹਾਨੂੰ ਸੰਯੁਕਤ ਸਮਾਜ ਮੋਰਚਾ ਨੇ ਟਿਕਟ ਕਿਉਂ ਦਿੱਤੀ ਜੀ? ਸਾਡੀ ਜਿਹੜੇ ਮਲੋਹ ਕਿਸਾਨ ਮਜ਼ਦੂਰ ਦੁਕਾਨਦਾਰ ਸੰਘਰਸ਼ ਕਮੇਟੀ ਆ ਪ੍ਰੋਪਰ ਜੀ, ਵਿੱਚ ਅਸੀਂ 8 ਅਰਜ਼ੀਆਂ ਲਾਈਆਂ ਸੀ, ਪਰ ਉਹਦੇ ਵਿੱਚ ਸਾਡੇ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਉਹਨਾਂ ਦੇ ਬਲਾਕ ਪ੍ਰਧਾਨਾਂ ਨੇ ਵੀ ਲਾਈਆਂ ਜੀ, ਸਾਰਿਆਂ ਨੇ ਰਲ ਕੇ ਮੈਨੂੰ ਸਮਰਥਨ ਦਿੱਤਾ, ਅੱਛਾ, ਯੋਗ ਸਮਝਿਆ ਸੇਵਾ ਕਰਨ ਦਾ। ਹੁਣ ਮੰਨ ਲਓ ਜੇ ਕੱਲ੍ਹ ਨੂੰ ਅਮਲੋਹ ਹਲਕੇ ਦੇ ਜਿਹੜੇ ਵੋਟਰ ਨੇ ਉਹ ਸੰਯੁਕਤ ਸਮਾਜ ਮੋਰਚਾ ਦੇ ਕੈਂਡੀਡੇਟ ਭਾਵ ਤੁਹਾਨੂੰ ਚੋਣਾਂ ਦੇ ਵਿੱਚ ਜਿਤਾ ਦਿੰਦੇ ਨੇ, ਤੁਹਾਡਾ ਮਕਸਦ ਕੀ ਹੈ? ਕਿਉਂਕਿ ਪਿਛਲੇ ਹਲਕੇ ਦੇ ਵਿੱਚ ਜਿੰਨੇ ਮੈਂ ਪਹਿਲਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਚੋਣਾਂ ਜਿੱਤਦੇ ਰਹੇ ਨੇ, ਬੀਤੇ ਦਿਨਾਂ ਦੇ ਵਿੱਚ ਬੁੱਗਾ ਕਲਾਂ ਦੀ ਇੱਕ ਔਰਤ ਨੇ ਵੀ ਦੋਸ਼ ਲਾਏ ਸੀ ਕਿ ਉਹਨਾਂ ਦਾ ਇੱਕ ਸਹਿਯੋਗੀ ਸਰਪੰਚ ਹੈ ਕਿ ਭਾਈ ਉਹਦੇ ਨਾਲ ਮੈਨੇ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੇਰੇ ਤਾਂ ਪਰਚਾ ਵੀ ਦਰਜ ਨਹੀਂ ਹੋਇਆ, ਅਤੇ ਨਜਾਇਜ਼ ਮਾਈਨਿੰਗ ਦੇ ਦੋਸ਼ ਵੀ ਲੱਗੀ ਜਾਂਦੇ ਨੇ, ਅਤੇ ਨਾਲ ਹੀ ਸ਼ਿੰਗਾਰਾ ਸਿੰਘ ਸਲਾਣਾ ਵਰਗੇ ਜਿਹੜੇ ਪਹਿਲਾਂ ਵੱਡੇ ਕਾਂਗਰਸੀ ਆਗੂ ਸੀ ਅੱਜ ਕੱਲ੍ਹ ਉਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਬੀਤੇ ਦਿਨੀ ਗਏ ਨੇ। ਕਹਿਣ ਦਾ ਭਾਵ ਕਾਂਗਰਸੀ ਹੀ ਉਹਨਾਂ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਕਿ ਵੱਡੇ ਵੱਡੇ ਘਪਲੇ ਘੁਟਾਲੇ ਥਾਣੇ 'ਚ ਲੱਗਣਾ ਹੈ ਤਾਂ ਪੈਸਾ, ਗਲੀਆਂ ਨਾਲੀਆਂ ਪੱਕੀਆਂ ਹੁੰਦੀਆਂ ਨੇ ਉੱਥੋਂ ਪੈਸਾ, ਬਹੁਤ ਵੱਡੇ ਰਿਸ਼ਵਤਖੋਰੀ ਦੇ ਦੋਸ਼ ਲਾ ਰਹੇ ਨੇ ਉਸ ਵਿਧਾਇਕ ਦੇ ਉੱਤੇ। ਹੁਣ ਉਹ ਦੋਸ਼ ਸਾਬਤ ਹੁੰਦੇ ਨੇ ਜਾਂ ਨਹੀਂ ਇਹ ਤਾਂ ਬਾਅਦ ਦੀ ਗੱਲ ਹੈ, ਪਰ ਜੇ ਤੁਸੀਂ ਚੁਣੇ ਜਾਂਦੇ ਹੋ ਤੁਸੀਂ ਉਹਨਾਂ ਵਧੀਕੀਆਂ ਦਾ ਕੋਈ ਹਿਸਾਬ ਕਿਤਾਬ ਲੈਣ ਦੀ ਚਾਰਾਜੋਈ ਕਰੋਗੇ, ਜਾਂ ਜੋ ਪਿੱਛੇ ਹੋ ਗਿਆ ਹੋ ਗਿਆ ਭਾਈ, ਮੈਂ ਤਾਂ ਅੱਗੇ ਦੇਖੂੰਗਾ? ਜਿਹੜਾ ਜੀ ਮੈਂ ਦਰਸ਼ਨ ਸਿੰਘ ਦਾ ਮਹਾਰ ਸਮਝਿਆ ਜਾਂਦਾ, ਇਹਦੇ ਨਾਲ ਵੀ ਵਧੀਕੀ ਹੋਊਗੀ, ਕੋਈ ਵੀ ਆ, ਚਾਹੇ ਵੱਡਾ ਲੀਡਰ ਆ, ਚਾਹੇ ਕੋਈ ਵਰਕਰ ਆ, ਕੋਈ ਸੇਵਾਦਾਰ ਆ, ਮੈਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂੰਗਾ, ਕਿਸੇ ਦੀ ਵਧੀਕੀ ਮੇਤੋਂ ਸਹਿਣ ਨਹੀਂ ਕੀਤੀ ਜਾਊਗੀ, ਨਾ ਅਸੀਂ ਕਰਨ ਦੇਵਾਂਗੇ, ਇੱਕ ਨਿਰੋਲ ਨਿਰੰਤਰ ਸੇਵਾ ਕਰੇਂਗੇ, ਕਰਦੇ ਆਏ ਵੀ ਹਾਂ, ਕਰਾਂਗੇ ਵੀ। ਜਿਹੜੀਆਂ ਇਹਨਾਂ ਦੀਆਂ ਜਾਤੀਆਂ ਨੇ ਉਹ ਲੋਕ ਜਾਣੂ ਨੇ, ਲੋਕ ਉਹ ਹੁਣ 20 ਤਰੀਕ ਨੂੰ
ਸਾਰੀਆਂ ਪਾਰਟੀਆਂ ਨੂੰ ਇਹਨਾਂ ਨੂੰ ਸਭ ਕੁਝ ਸੁਣਾਉਣਗੇ। ਪਰ ਜਿਹੜੀਆਂ ਪਿਛਲੀਆਂ ਵਧੀਕੀਆਂ ਹੋਈਆਂ ਨੇ, ਮੈਂ ਉਹਦਾ ਪੁੱਛ ਰਿਹਾ ਤੁਹਾਡੇ ਤੋਂ, ਜੇ ਚੁਣੇ ਜਾਂਦੇ ਹੋ ਕੋਈ ਹਿਸਾਬ ਕਿਤਾਬ ਲੈਣ ਦੀ ਕੋਸ਼ਿਸ਼ ਕਰੋਗੇ ਜਾਂ ਅੱਗੇ ਤੋਂ ਵਧੀਕੀਆਂ ਰੋਕੋਗੇ ਜੀ? ਦੇਖੋ, ਜੇ ਕੋਈ ਸਾਡਾ ਵਰਕਰ, ਸੇਵਾਦਾਰ, ਸਮਾਜ ਸੇਵੀ, ਉਹਦੇ ਨਾਲ ਕੋਈ ਨਜਾਇਜ਼ ਹੋਈ ਹੋਊਗੀ ਜਾਂ ਹੋਊਗੀ, ਉਹਦਾ ਅਸੀਂ ਹਿਸਾਬ ਲਏਂਗੇ, ਡਟ ਕੇ ਮੁਕਾਬਲਾ ਕਰਾਂਗੇ, ਲਏਂਗੇ। ਉਹਦੇ ਨਾਲ ਸਾਨੂੰ ਪਿਆਰ ਆ, ਜਿਹੜਾ ਕੋਈ ਕਿਸੇ ਨੂੰ ਨਿਰਦੋਸ਼ ਪਰਚਾ ਹੋਇਆ ਜਾਂ ਕੋਈ ਕੰਮ ਕਰ ਰਿਹਾ ਉਹਦੇ ਨਾਲ ਧੱਕਾ ਹੋਇਆ, ਉਹਦੇ ਨਾਲ ਖੜੇਂਗੇ, ਚਾਹੇ ਅੱਗੇ ਨੂੰ ਵੀ ਯਾਰ ਪਿੱਛੇ ਨੂੰ ਵੀ। ਦਰਸ਼ਨ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਤੁਸੀਂ ਸੰਘਰਸ਼ ਦੇ ਵਿੱਚੋਂ ਉੱਠੇ ਹੋ, ਸੰਘਰਸ਼ ਕਰਦੇ ਰਹੇ ਹੋ ਲਗਾਤਾਰ, ਟਿਕਰੀ ਅਤੇ ਸਿੰਘੂ ਅਤੇ ਅਮਲੋਹ ਚੌਂਕ ਦੇ ਵਿੱਚ ਧਰਨੇ ਦਿੰਦੇ ਰਹੇ, ਸੋ ਤੁਸੀਂ ਅਰਜ਼ੀ ਦਿੱਤੀ ਅਤੇ ਤੁਹਾਨੂੰ ਟਿਕਟ ਮਿਲ ਗਈ। ਹੁਣ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਲਗਾਤਾਰ ਸਿਆਸਤਦਾਨਾਂ ਦੇ ਵਿਰੋਧ ਦੀਆਂ ਖਬਰਾਂ ਨੇ, ਚੋਣ ਪ੍ਰਚਾਰ ਤਾਂ ਹੁਣ ਤੁਸੀਂ ਵੀ ਕਰ ਰਹੇ ਹੋਵੋਗੇ, 70-75 ਪਿੰਡ ਆਪਣੇ ਇਸ ਹਲਕੇ 'ਚ ਵੀ ਪੈਂਦੇ ਹੈ, ਤੁਹਾਡਾ ਸਵਾਗਤ ਹੋ ਰਿਹਾ, ਵਿਰੋਧ ਹੋ ਰਿਹਾ, ਸਵਾਲ ਪੁੱਛੇ ਜਾ ਰਹੇ ਨੇ, ਕਿਸ ਤਰ੍ਹਾਂ ਦੀ ਸਥਿਤੀ ਹੈ ਜੀ ਇਸ ਵਕਤ? ਸਾਡੇ ਨਾਲ ਜਿਹੜੀ ਪਿਛਲੀ 26 ਤਰੀਕ ਨਿਕਲੀ ਸੀ ਸਾਲ ਦੀ, ਸਾਰਿਆਂ ਨੇ ਸੰਘਰਸ਼ ਦੇਖਿਆ ਹੋਇਆ, ਇਹ ਸਾਡੇ ਬੰਦਿਆਂ ਨੇ ਆਪਣੇ ਟੂਹਿਆਂ ਤੇ ਰਗੜਾ ਕੇ ਸੰਘਰਸ਼ ਕਰਿਆ। ਉੱਥੇ ਅਸੀਂ ਇੱਕ ਸਾਲ ਬੈਠੇ ਰਹੇ ਹਾਂ, ਸਾਡਾ ਵਿਰੋਧ ਤਾਂ ਸਾਡੇ ਨਾਲ ਤਾਂ ਲੋਕ ਜੁੜੇ ਨੇ, ਤਾਂ ਹੀ ਅਸੀਂ ਉੱਤੇ ਦਿੱਲੀ ਫਤਿਹ ਕਰਕੇ ਆਏ ਹਾਂ। ਜੇ ਸਾਡਾ ਹੁਣ ਵਿਰੋਧ ਕਿਉਂ ਕਰਨਗੇ ਲੋਕ? ਸਾਡੇ ਤਾਂ ਭਾਈਚਾਰਾ, ਸਾਡਾ ਦੇਖੋ ਸਮਾਜ ਸੇਵਾ, ਛੋਟਾ ਦੁਕਾਨਦਾਰ ਵੀ ਨਾਲ ਆ, ਸਾਡੇ ਨਾਲ ਛੋਟਾ ਮੁਲਾਜ਼ਮ ਵੀ ਨਾਲ ਆ। ਰਾਸ਼ਟਰਪਤੀ ਅਵਾਰਡ ਮੁੜ ਗਏ ਸਾਡੇ ਮਲੋਹ ਏਰੀਏ 'ਚ, ਲੋਕਾਂ ਨੇ ਜਿਹੜਾ ਸਾਡਾ ਸਹਿਯੋਗ ਦਿੱਤਾ। ਅਸੀਂ ਕਣਕ ਇਕੱਠੀ ਕਰਕੇ 1500 ਕੁਇੰਟਲ ਗੋਲਡਨ ਹੱਟ 'ਤੇ ਭੇਜੀ ਆ, ਲੋਕਾਂ ਨੇ ਅਸੀਂ ਬੱਸਾਂ ਭੇਜੀਆਂ ਨੇ ਬੀਬੀਆਂ ਭੈਣਾਂ ਦੀਆਂ। ਸਾਨੂੰ ਜਿਹੜਾ ਸਾਡਾ ਮਲੋਹ ਏਰੀਆ ਇਲਾਕੇ 'ਚ ਪੰਜਾਬ 'ਚ ਗਿਣਿਆ ਹੋਇਆ ਸਮਾਜ ਸੇਵੀ ਲਈ ਔਰ ਸੰਘਰਸ਼ ਲਈ, ਅਸੀਂ ਸੰਘਰਸ਼ ਉੱਥੇ ਵੀ ਦਿਨ ਰਾਤ ਕਰਦੇ ਰਹੇ ਹਾਂ, ਉਰੇ ਵੀ ਪ੍ਰੋਪਰ ਲੋਕਾਂ ਨੂੰ ਭੇਜਦੇ ਰਹੇ ਹਾਂ। ਇਹ ਤਾਂ ਹੀ ਆਪਣੀ ਹੋਂਤੀ ਜਿਹੜੀ ਸਾਡੀ ਉਹ ਕਿਰਤ ਅਸੀਂ ਬਚਾਈ ਆ ਆਪਣੀ ਲੜਕੇ ਪਿਆਰ ਨਾਲ ਸ਼ਾਂਤਮਈ। ਹੁਣ ਇੱਕ ਹੋਰ ਗੱਲ ਹੈ, ਸਵਾਲ ਪੈਦਾ ਹੁੰਦਾ ਹੈ ਕਿ ਤੁਸੀਂ ਸੰਘਰਸ਼ ਲੜਿਆ, ਜਿੱਤ ਪ੍ਰਾਪਤ ਕੀਤੀ, ਘਰਾਂ ਨੂੰ ਵਾਪਸ ਪਰਤੇ, ਉਹ ਲੋਕ ਜਿਹੜੇ ਕਹਿੰਦੇ ਸੀ ਅਸੀਂ ਕਿਸਾਨਾਂ ਦੇ ਨਾਲ ਹਾਂ, ਅਸੀਂ ਕਿਸਾਨੀ ਦੇ ਨਾਲ ਹਾਂ, ਅੱਜ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਉਹੀ ਝੰਡੇ ਕੋਈ ਕਾਂਗਰਸ ਦਾ ਚੁੱਕੀ ਫਿਰਦਾ, ਕੋਈ ਆਪ ਵਾਲਿਆਂ ਦਾ ਝਾੜੂ ਚੁੱਕੀ ਫਿਰਦਾ, ਕੋਈ ਅਕਾਲੀਆਂ ਦੀ ਤੱਕੜੀ ਚੁੱਕੀ ਫਿਰਦਾ। ਕੀ ਲੋਕ ਸੰਘਰਸ਼ ਭੁੱਲ ਗਏ ਜਾਂ ਉੱਪਰੋਂ ਉੱਪਰੋਂ ਉਹਨਾਂ ਦੇ ਨਾਲ ਨੇ, ਵੋਟ ਇੱਧਰ ਪਾਉਣਗੇ ਜੀ? ਜਿਹੜੇ ਸੰਘਰਸ਼ ਦੇ ਮੈਂਬਰ ਨੇ, ਜਿਹੜੇ ਅਸੀਂ ਖੜੇ ਹਾਂ, ਥੋੜ੍ਹੀ ਟਾਈਮ ਇਹ ਹੋਇਆ ਅਨਾਉਂਸ ਨੂੰ, ਟਾਈਮ ਤਾਂ ਲੱਗਦਾ ਹੀ ਆ। ਉਹ ਆਲਰੇਡੀ ਜਦ ਕੋਈ ਪ੍ਰੋਪਰ ਪਹਿਲਾਂ ਪ੍ਰੋਗਰਾਮ ਨਹੀਂ ਸੀ, ਸੰਯੁਕਤ ਸਮਾਜ ਮੋਰਚੇ ਨੇ ਪ੍ਰੋਪਰ ਪ੍ਰੋਗਰਾਮ ਚਲਾਇਆ, ਹੁਣ ਲੋਕ ਸਾਡੇ ਨਾਲ ਜੁੜ ਰਹੇ ਨੇ, ਸਾਡੇ ਲੋਕ ਆਪ ਆ ਰਹੇ ਨੇ ਜਿੱਥੇ ਅਸੀਂ ਜਾਂਦੇ ਹਾਂ। ਅੱਜ ਵੀ ਅਸੀਂ 12 ਪਿੰਡ ਕੱਢ ਕੇ ਆਏ ਹਾਂ, ਕੱਲ੍ਹ ਨੂੰ ਵੀ 15 ਪਿੰਡਾਂ ਦੀ ਲਿਸਟ ਆ, ਰੋਜ਼ ਜਾਂਦੇ ਹਾਂ, ਸਾਨੂੰ ਪਿਆਰ ਦੇ ਰਹੇ ਨੇ, ਸਾਡੀਆਂ ਗੱਲਾਂ ਸੁਣ ਰਹੇ ਨੇ। ਅਸੀਂ ਇਹਨਾਂ ਵਾਂਗ ਚਿੱਕੜ ਨਹੀਂ ਸਿਰ 'ਤੇ, ਅਸੀਂ ਤਾਂ ਇੱਕ ਸਮਾਜ ਸੇਵੀ ਲਈ। ਹੁਣ ਸਾਡੇ ਮਲੋਹ ਏਰੀਏ ਦੇ ਜਿਹੜਾ ਕਰੋਪ ਕਰਕੇ ਬਿਜਾਈ ਟਾਈਮ ਵੀ ਆਲੂ ਖਰਾਬ ਹੋਇਆ, ਹੁਣ ਵੀ ਆਲੂ ਖਰਾਬ ਹੋਇਆ, ਬਾਰਿਸ਼ ਜ਼ਿਆਦਾ ਪੈ ਗਈ, ਕਣਕ ਵੀ, ਇਹ ਕੋਈ ਸਾਰ ਥੋੜ੍ਹਾ ਲੈਂਦੇ ਨੇ, ਨਾ ਇਹਨਾਂ ਨੂੰ ਪਤਾ ਇਹ ਕੰਮਾਂ ਦਾ। ਅਸੀਂ ਹਾਂ, ਅਸੀਂ ਕਿਰਤ ਨਾਲ ਜੁੜੇ ਹੋਏ ਹਾਂ, ਆਪਣੇ ਹੇਠ ਜੁੜੇ ਹੋਏ ਹਾਂ, ਸਾਨੂੰ ਪਤਾ ਵੀ ਕੀ ਲੋਕਾਂ ਨੂੰ ਦੁੱਖ ਤਕਲੀਫਾਂ ਨੇ, ਇਹਨਾਂ ਨੂੰ ਥੋੜ੍ਹਾ ਦੁੱਖ ਤਕਲੀਫਾਂ ਦਾ ਪਤਾ। ਅਸੀਂ ਦਰੀਆਂ ਤੋਂ ਉੱਠੇ ਹਾਂ, ਹੇਠੋਂ ਉੱਠੇ ਹਾਂ, ਹੇਠੋਂ ਸਾਡਾ ਕੋਈ ਪਿਛੋਕੜ ਨਹੀਂ ਪੋਲੀਟੀਕਲ, ਅਸੀਂ ਤਾਂ ਸਮਾਜ ਸੇਵੀ ਵਾਲਾ। ਦਰਸ਼ਨ ਸਿੰਘ ਜੀ, ਤੁਸੀਂ ਪਿੰਡ 'ਚ ਹੀ ਰਹਿੰਦੇ ਹੋ ਜੀ ਕਿ ਜਾਂ ਤੁਸੀਂ ਵੀ ਚੰਡੀਗੜ੍ਹ ਰਹਿੰਦੇ ਹੋ? ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇਹ ਕੰਪਲੇਂਟ ਹੈ ਕਿ ਅਸੀਂ ਤਾਂ ਆਪਣੇ ਹਲਕੇ ਦਾ ਉਮੀਦਵਾਰ ਆ, ਆਪਣੇ ਹਲਕੇ ਦਾ ਵਿਧਾਇਕ ਤੇ ਮੰਤਰੀ ਕਦੇ ਹਲਕੇ 'ਚ ਦੇਖਿਆ ਹੀ ਨਹੀਂ ਗੀ, ਤੁਸੀਂ ਕਿੰਨੀ ਕੁ ਵਾਰੀ ਦੇਖੇ ਨੇ ਜੀ ਉਹ ਆਪਣੇ ਹਲਕੇ 'ਚ? ਜੀ, ਮੇਰਾ ਪਿੰਡ ਮਲੋਹ ਪ੍ਰੋਪਰ ਮਲੋਹ ਦੇ ਵਿੱਚ ਆ ਪਿੰਡ ਸੰਪੀ, ਸਿਰਫ ਚੌਂਕ ਤੋਂ 2 ਕਿਲੋਮੀਟਰ ਮੇਰਾ ਪਿੰਡ ਜੀ, ਜੋ ਕਿ ਉਹ ਰੋਡ ਤੇ ਆ। ਅਸੀਂ ਜਿੰਨੇ ਕੈਂਡੀਡੇਟ ਖੜੇ ਨੇ, ਕਿਸੇ ਨਾਲ ਆਪਣੀ ਉਹ ਨਹੀਂ ਕਰਦਾ, ਨਾ ਮੈਂ ਆਪਣਾ ਟਾਈਮ ਵੇਸਟ ਕਰਦਾ, ਮੈਂ ਆਪਣੇ ਸੇਵਾ 'ਚ ਵਿਸ਼ਵਾਸ ਰੱਖਦਾ, ਵਿਸ਼ਵਾਸ ਕਰਦਾ ਰਹੂੰਗਾ। ਮੈਂ ਲੋਕਾਂ ਦੀ
मामले पूरा उतरूंगा। बाकी जो चिक्कड़ इन्होंने छाड़ते ने मैं नहीं छाड़ता, मैं अपनी शांतमई प्यार दियां लोकां दियां भावनावां नाल वोटां मंग रहा सेवा करके। लोकां ने मैनू जाणिया, मैनू पहलां भी समाज सेवी जाणदे ने लोक, किसी पिंडां च सेंटर चलदे होण उत्थे मैं मूहरे होके सेंटर चलाए ने गरीब परिवारां दियां लड़कियां लई, मेरा नाउ आ ब्रांड आ, कोई सेवा हरेक। मैं भारत प्रकाश परिषद नाल जुड़िया होया, मैं हुण भी DCU दा डायरेक्टर हाँ फतेहगढ़ जिले का, डिस्ट्रिक्ट कोऑपरेटिव यूनियन का, मेरे को बहुत औले रहे ने छोटे छोटे, पर मैं मुख मेरा आदेश है एक समाज की सेवा करके अमलोह हल्के एक चंगा मॉडल बनाऊं। अमलोह हल्के दे लोग हो सकता है जी तुहाडी सेवा तो प्रभावित होकर तुहानू अपने हल्के का विधायक चुन लैन, पर एक पासे सरकारी मशीनरी भी हो सकती है, लगातार विधायक जितने वाला बंदा लगातार मंत्री बनिया होया हुण तां इस वक्त मंत्री साहब ने, उन्हां दे मुकाबले एक आम बंदे नूं चोण प्रचार करना सस्ता नहीं है, महंगा पिंड दी सरपंची लैणी बड़ी औखी है। तुहानूं सुखाला लगदा जी काम, एक पासे बंदा सरमाएदार है, एक पासे बंदा अमीर है, एक पासे बंदा पहलां तों जितदा रिहा मंत्री है, कि उहदे मुकाबले प्रचार कीता जा सकदा है जी उस लैवल ते? प्रचार जोड़ मेरा प्रचार आ जिमीदारा प्रचार आ, मैं ट्रैलियां लाई हुई ने, प्रॉपर ट्रैक्टर ट्रैक्टर मेरे फिर रहे ने, ट्रैक्टर दे नाल मेरी ऐड आ रही आ, प्रॉपर साफ सुथरी मेरा कम चल रहा, मैनू लोकां दा विश्वास आ, लोकां दा प्यार आ, लोक मेरा साथ दे रहे ने, मैनू कोई भी ओह नहीं कर रहे, मेरी जिहड़ी सेवा लोक मेरे नाल आप जुड़ रहे ने। मैं हरेक पिंड च जाना, शहर च भी, मैं दोपहर तो लैके फिर शहर च रहना, शहर वाले लोग भी परिवार करते विश्वास करते ने, मैं छोटा बिजनेसमैन भी हाँ, छोटा छोटा किसान भी हाँ, मैं मैनू सारिया प्रॉब्लम का पता, दुख तकलीफा का पता, कोई मुलाजम ने छोटे वह भी मेरे साथ ने, किसान भी मेरे नाल ने, छोटे इंडस्ट्री वाले भी मेरे नाल ने, छोटे दुकानदार भी नाल। अच्छा, अमलोह ते गोबिंदगढ़ दो वड्डे शहर पैंदे आ जी इस हल्के च, इन्हां वास्ते तुहाडी की विजन है, की करोगे जेकर जितदे हो? मैं देखो जिहड़ी नगरी आ उहदे विच इक गोबिंदगढ़ इंडस्ट्री आ जिहदा बाल्ट च लोहे दा बाल्ट चों रेट इत्थों निकलदा लोहा नगरी चों, गुरु हरगोबिंद साहिब जी दी प्रथाई नगरी आ, ओदे विच प्रॉपर गोबिंदगढ़ भी हरगोबिंद साहिब जी खुद मेरे पिंड जो मैं सेवा नवा रहा हरगोबिंद साहिब पातशाह जी छेवीं जी का पिंड गुरद्वारा साहब इतिहासक जिते दो सिंघां दा छेवें पातशाह जी ने आधार करिया, उहदे नाल मलोहा मलोह कस्बा एक पेंडू जैसा जिते असी हर 24 घंटे च 5-7 घंटे असी शहरां च विचर रहे हैं पिंडां च मिल ना कि ऐसी प्रॉपर आले दुआले, सानू जिहड़ा मलोह शहर है पिंडा वर्गा, जिहड़ी मंडी गोबिंदगढ़ अंडाट्री जे मैनू मौका मिलेगा इहनू होर 4 चन्न लाए जाणगे, इहदे होर सुधार करे जाणगे, जिवें कि रोडां दा, कम्मां दा, बिजली दा, और हस्पतालां दा, और स्कूल एजुकेशनां दा, सारे प्रॉपर निरंतर साफ सुथरे कम चलाएंगे, असी लोकां नू एक मॉडल जिला बना के दिखाएंगे, मॉडल हल्का। अच्छा, हुण इस वक्त किहड़ी चीज़ लगती है कि रवायती पार्टियां ने कीती नहीं वो कर सकदियां सी, रवायती पार्टियां तो क्यों खफा ने लोग, जां क्यों तुहानू लगता है कि किसानां नू चोण लड़ के वह कम कर देने चाहिए जिहड़े अज तक किए नहीं, किहड़े मुख कम लगते हैं जिहड़े रवायती पार्टियां कर सकदियां सी किए नहीं जी? तुसीं हुण सारे वीर जी जाणी जाणती जिहड़ा इंटरनेशनल धरना लगे एक अंदोलन थी, जन अंदोलन थी, जन अंदोलन थी, जद असी सेवा करके एडा बड़ा जन अंदोलन सफल कर सकते हैं, सानू ये सेवा करन दी तो कोई गल नहीं, सानू असी प्रॉपर 1.5 साल 1.5 साल एक मंच ते बैठ के दली दे तप्पड़ ते बैठ के सेवा नवा रहे हैं, असी नवाई आ, वो असी विजन जित करी है असी अपनी, जेड़ी ये मॉडल वाली गल आ
सेवा वाली जिहड़ी पार्टियां सानू पता ही आ, लोग जानी जानने पढ़े लिखे ने, हुण तां किसे नू दसण दी लोड़ ही नहीं, इन्ने अवेयर ने। सोशल मीडिया चल रहा, व्हाट्सएप चल रहे ने, फेसबुक चल रहे ने, यह सारे कुछ चल रहे ने। जे आप कही, जे हुण मैं कही जावां अपने आप नू भी मैं आया, लोग जानी, लोग अपनी पहचान बनाउणी अपने मलोह हल्के दी। देखो साडा जिहड़ा जिला गुजर कौर जोरावर फतेह सिंह धन बाबा फतेह सिंह दा जिला एक धार्मिक जिला निरंतर, जिथे विद्या दा और इंडस्ट्री दा सारिआं नूं जिलिआं नूं वध प्रभाव आ, क्यों दो यूनीवर्सिटियां ने, वर्ल्ड यूनीवर्सिटी गुरु ग्रंथ साहिब, रिमटा देश भगत, तीन यूनीवर्सिटी छोटे जे जिले च, कॉलेज ने जो भी विद्या दा सारिआं नूं वड्डा इत्थे हरेक तरह के लोग रहिंदे ने, भाईचारे नाल रहिंदे ने। असीं होर भी भाईचारा अपना कायम करेंगे, मिलवरतन करेंगे। इहदा मतलब तां जिहड़ियां गल्लां दा दर्शन सिंह जी तुसीं जिक्र कर रहे हो, इहदा मतलब तां विकास की कोई कसर फिर पहलियां ने छड्डी नहीं। ਤੁਸੀਂ ਕਹਿੰਦੇ ਛੋਟੇ ਜ਼ਿਲ੍ਹੇ 'ਚ ਸਾਰਾ ਕੁਛ ਹੈਗਾ, ਯੂਨੀਵਰਸਿਟੀਆਂ ਤਿੰਨ ਨੇ। ਦੇਖੋ ਜੀ, ਯੂਨੀਵਰਸਿਟੀਆਂ ਪ੍ਰੋਪਰ ਪ੍ਰਾਈਵੇਟ ਨੇ ਦੋ ਤਿੰਨ, ਕੋਈ ਸਰਕਾਰੀ ਯੂਨੀਵਰਸਿਟੀ ਨਹੀਂ ਹੈਗੀ। ਦੇਸ਼ ਭਗਤ ਯੂਨੀਵਰਸਿਟੀ ਪ੍ਰਾਈਵੇਟ ਆ, ਰਿਮਟ ਯੂਨੀਵਰਸਿਟੀ ਪ੍ਰਾਈਵੇਟ ਆ, ਗੁਰੂ ਗ੍ਰੰਥ ਸਾਹਿਬ ਸ਼੍ਰੋਮਣੀ ਕਮੇਟੀ ਦੀ। ਜੇ ਆਪਾਂ ਕਹੀਏ ਵਿਕਾਸ ਤਾਂ ਉਹ ਹੁੰਦਾ ਵੀ ਗੌਰਮੈਂਟ ਨੇ ਲਿਆ ਕੇ ਸਾਨੂੰ ਦੇ ਤਾ, ਕੁਛ ਨਹੀਂ ਲਿਆਂਦਾ ਇੱਥੇ। ਕਹੀਏ ਦੇਖੋ ਜਿਹੜੇ ਸਤਿਕਾਰਯੋਗ ਨੇ, ਕਰੋਨਾ ਦਾ ਸਿਸਟਮ ਚੱਲ ਪਿਆ, ਸਰਕਾਰਾਂ ਨੇ ਸਕੂਲ ਬੰਦ ਕਰਦੇ, ਬੱਚੇ ਕਿਵੇਂ ਪੜ੍ਹਨਗੇ? ਚੋਣਾਂ ਚੱਲ ਰਹੀਆਂ ਨੇ, ਇਕੱਠ ਹੋ ਰਹੇ ਨੇ ਸਕੂਲਾਂ ਦਾ, ਜਦ ਵੀ ਦੇਖਦੇ ਨੇ ਦੋ ਤਿੰਨ ਸਾਲਾਂ ਦੀ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਆ। ਕੀ ਵਿਕਾਸ ਆ ਇਹਨਾਂ ਦਾ? ਪ੍ਰੋਪਰ ਨਿਰੰਤਰ ਪਤਾ ਹੀ ਨਹੀਂ ਇਹਨਾਂ ਨੂੰ। ਸਾਡਾ ਭਵਿੱਖ ਆ, ਸਾਡੀ ਜੜ ਆ, ਉਹ ਬੱਚਿਆਂ ਦੀ ਹੋਣ ਤੋਂ ਹੀ ਆ। ਬੱਚੇ ਸਾਡੇ ਘਰੇ ਬਿਠਾਏ ਬੈਠੇ ਨੇ, ਵਿਕਾਸ ਦੀਆਂ ਗੱਲਾਂ, ਕੋਈ ਵਿਕਾਸ ਨਹੀਂ, ਕੋਈ ਕੰਮ ਨਹੀਂ, ਕੋਈ ਤਰੱਕੀ ਨਹੀਂ ਇਹਨਾਂ ਦੀ। ਜੇ ਹੁਣ ਮੈਂ ਤੁਹਾਨੂੰ, ਜਿੰਨਾ ਚਿਰ ਟੀਵੀ 'ਤੇ ਤੁਸੀਂ ਬੈਠੇ ਹੋ, ਮੈਂ ਪੰਡੀ ਜਾਵਾਂ, ਇਹਨਾਂ ਨੂੰ ਪੰਡਣ ਨਾਲ ਕੁਛ ਨਹੀਂ ਬਣਨਾ, ਲੋਕ ਜਾਣੀ ਜਾਣਨੇ। ਅੱਜ ਪ੍ਰੋਪਰ ਤੁਸੀਂ, ਬੱਚਾ ਸਾਡਾ ਬਾਹਰ ਜਾ ਰਿਹਾ, ਇਹਨਾਂ ਦੇ ਸਿਸਟਮ ਦੇ ਕਰਕੇ ਹੀ ਬਾਹਰ ਜਾ ਰਿਹਾ। ਪਰ ਦਰਸ਼ਨ ਸਿੰਘ ਜੀ, ਜੇ ਲੋਕ ਜਾਣੀ ਜਾਣਨੇ ਤਾਂ ਵਾਰ ਵਾਰ ਉੱਤਰ ਕਾਟੋ ਮੈਂ ਚੜ੍ਹਾਂ, ਇੱਕ ਨੂੰ ਹਰਾ ਕੇ ਦੂਸਰੇ ਨੂੰ ਜਿਤਾ ਦਿੰਦੇ ਨੇ, ਫਿਰ ਉਹਨੂੰ ਹਰਾ ਕੇ ਜਿਹਨੂੰ ਪਹਿਲਾਂ ਹਰਾਇਆ ਹੁੰਦਾ ਉਹਨੂੰ ਜਿਤਾ ਦਿੰਦੇ ਨੇ, ਜੇ ਲੋਕ ਜਾਣੀ ਜਾਣਨੇ ਦੁਬਾਰਾ ਦੁਬਾਰਾ ਉਹਨੂੰ ਚੁਣਦੇ ਕਿਉਂ ਨੇ ਜੀ? ਲੋਕ ਜਾਣਗੇ, ਹੁਣ ਦੇਖਿਓ ਤੁਸੀਂ, ਮੇਰੀ ਸੇਵਾ ਦਾ ਮੁੱਲ ਪਾਉਣਗੇ, ਸਾਡੇ ਸੰਯੁਕਤ ਸਮਾਜ ਮੋਰਚੇ ਦਾ ਮੁੱਲ ਪਾਉਣਗੇ, ਇਲਾਕੇ ਦਾ ਲੋਕ ਇਹਨਾਂ ਤੋਂ, ਲੁੰਬੜ ਚਾਲਾਂ ਤੋਂ ਇਹਨਾਂ ਤੋਂ ਸਾਰੇ ਜਾਣੀ ਜਾਣ ਹੋ ਗਏ। ਪਰ ਹੁਣ ਲੋਕ ਇਹਨਾਂ ਤੋਂ ਸੰਚੇਤ ਹੋ ਕੇ ਮੇਰੇ ਨਾਲ ਜੁੜਨਗੇ, ਸਮਾਜ ਸੇਵੀ ਨਾਲ ਜੁੜਨਗੇ, ਧਰਤੀ ਨਾਲ ਜੁੜਨਗੇ, ਲੋਕਲ ਉਮੀਦਵਾਰ ਨਾਲ ਜੁੜਨਗੇ, ਲੋਕ ਜਾਣੀ ਜਾਣ ਹੋ ਗਏ। ਹੁਣ ਜੇ ਜਿੰਨਾ ਚਿਰ ਇਹਨਾਂ ਦਾ ਚੱਲ ਗਿਆ, ਉਹ ਓਨਾ ਚਿਰ ਲੰਘ ਗਿਆ ਇਹਨਾਂ ਦਾ ਟਾਈਮ। ਹੁਣ ਲੋਕ ਆਪਾਂ ਨੂੰ ਕਿਉਂ ਪਿਆਰ ਕਰਦੇ ਨੇ? ਕਿਉਂ ਐਡਾ ਜਨ ਅੰਦੋਲਨ ਕਿਸੇ ਪੋਲੀਟੀਕਲ ਨੇ ਥੋੜ੍ਹਾ ਜਿਤਾਇਆ? ਉਹ ਸਮਾਜ ਸੇਵੀਆਂ ਨੇ, ਉਹ ਕਿਸਾਨਾਂ ਨੇ, ਉਹ ਮਜ਼ਦੂਰਾਂ ਨੇ, ਉਹ ਦੁਕਾਨਦਾਰਾਂ ਨੇ, ਉਹ ਮੁਲਾਜ਼ਮਾਂ ਨੇ, ਉਹ ਵਪਾਰੀਆਂ ਨੇ ਜਿਤਾਇਆ ਕਿ ਪੋਲੀਟੀਕਲਾਂ ਨੇ ਜਿਤਾਇਆ? ਕੋਈ ਨਿਰੰਤਰ ਸਮਾਜ ਸੇਵੀ ਬੈਠੇ ਚ? ਹੁਣ ਜੇ ਤੁਸੀਂ ਗਏ ਹੋ, ਸਾਨੂੰ ਟਾਈਮ ਦਿੱਤਾ ਸੇਵਾ ਕਰਨ ਦਾ, ਅਸੀਂ ਸੇਵਾ ਕਰਕੇ ਦਿਖਾਏਂਗੇ। ਜੇ ਅਸੀਂ ਜਿਹੜੇ ਇਹਨਾਂ ਦੀਆਂ ਚਾਲਾਂ ਸਮਝ ਗਏ, ਇਹ ਕੰਪਨੀਆਂ ਬਣੀਆਂ ਹੋਈਆਂ ਨੇ, ਸਭ ਲੋਕਾਂ ਨੇ ਪਰਾਂ ਕਰ ਦੇਣੀਆਂ ਨੇ। ਅੱਛਾ, ਤੁਹਾਨੂੰ ਲੱਗਦਾ ਜੀ ਸੰਯੁਕਤ ਸਮਾਜ ਮੋਰਚਾ ਇਸ ਵਾਰ ਪੰਜਾਬ ਦੇ ਵਿੱਚ ਕੁਝ ਨਵਾਂ ਕਰ ਸਕਦਾ, ਸਰਕਾਰ ਬਣਾਉਣ ਦੀ ਸਮਰੱਥਾ 'ਚ ਲੱਗਦਾ, ਜਾਂ ਵਿਰੋਧੀ ਧਿਰ ਚਾਹੋਗੇ? ਤੁਹਾਡੀ ਇਸ ਵਕਤ ਅਨੁਭਵ ਕੀ ਕਹਿੰਦਾ ਜੀ? ਇੱਕ ਨੰਬਰ 117 ਸੀਟਾਂ 'ਤੇ ਪਰਮਾਤਮਾ ਨੂੰ, ਆਪਣੇ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਦੋਸਤ ਮਿੱਤਰਾਂ ਨੂੰ, ਮਾਵਾਂ ਭੈਣਾਂ ਨੇ ਫਤਿਹ ਕਰਨਾ ਮੋਰਚਾ, ਜਿਵੇਂ ਉੱਥੇ ਫਤਿਹ ਹੋਇਆ ਪੰਜਾਬ 'ਚ ਵੀ ਫਤਿਹ ਹੋਈ। ਸੋ ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ। ਅਖੀਰ ਦੇ ਵਿੱਚ ਜਿਹੜੇ ਦਰਸ਼ਕ ਤੁਹਾਨੂੰ ਵੇਖ ਸੁਣ ਰਹੇ ਨੇ, ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋਵੋ ਦਿੱਤਾ ਜਾ ਸਕਦਾ ਜੀ? ਸੁਨੇਹਾ ਤਾਂ ਇੱਕ ਇਹੀ ਆ ਜੀ, ਸਾਰਿਆਂ ਨੂੰ ਵੱਡੀ ਗੱਲ, ਜਿਹੜਾ ਸਾਡਾ ਯੂਥ ਬਾਹਰ ਜਾ ਰਿਹਾ, ਸਾਡੇ ਮਾਂ ਬਾਪ ਉਹਨਾਂ ਦੇ ਉਰੇ ਤਰਸ ਰਹੇ ਨੇ, ਬੱਚੇ ਬਾਹਰ ਤਰਸ ਰਹੇ ਨੇ, ਘਰਾਂ ਨੂੰ ਜਿੰਦੇ ਲੱਗੇ ਨੇ, ਸਿਆਣੇ ਬੈਠੇ ਨੇ, ਇੱਕ ਮਮਤਾ ਹੁੰਦੀ ਆ ਪਿਆਰ ਦੀ, ਉਹ
ममता असी दोबारा जगानी है उरे पंजाब मॉडल बना के उरे एक संदेशा यही आ भी वक्त तो वक्त संयुक्त समाज मोर्चे नू एक एक वोट पाओ और वह निरंतर सेवा करता रहूगा करता रहे भी या करूगा भी एक मॉडल पंजाब बना के असी किसानां दा मॉडल मजदूरां दा दुकानदारां दा व्यापारियों का मुलाजमान का एक मॉडल बना के पंजाब पेश करेंगे। मैं अपने दर्शन सिंह बब्बी संयुक्त समाज मोर्चे वालों कैंडीडेट दे सोनू बचारा सुनते और सोडे न बचारा करते मैं सोडा बहुत बहुत धन्यवाद करना। वाहिगुरु जी का खालसा वाहिगुरु जी की फतह। धन्यवाद जी। दोस्तों ये सन हलका अबलोह तो संयुक्त समाज मोर्चा के उम्मीदवार दर्शन सिंह बब्बी जिन्होंने दस्या कि उन्होंने वोट क्यों पाई जाए, जिन्होंने दस्या कि उन्होंने टिकट किमें मिली है, जिन्होंने दस्या कि हल्के दे लोग इस वक्त की चाहते हैं तो किमें वो विकास करे। जेकर उन्होंने दलीलों सहमत हो तो तुम मन अपना बना कि उम्मीदवार की चोण करनी है। उम्मीद कर रहे हैं तो प्रोग्राम चंगा लग्या होगा। जेकर प्रोग्राम चंगा लग्या कृपा करके लाइक तो शेयर जरूर कर देना, कमेंट बॉक्स के कमेंट जरूर छड़ने तुहाडे धन्नवादी होवांगे। समा समाप्त है, जाण तो पहला कहांगा जिंदगी जिंदा दिली दा नाम है। दविंदर सिंह बैनीपाल नूं आग्या दिओ। सत श्री अकाल, तेरा विराखा।